ਇੱਕ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਦੱਸ ਦਈਏ ਕਿ ਕ੍ਰੇਟਾ ਕਾਰ ਅਤੇ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ। ਕ੍ਰੇਟਾ ਕਾਰ ਦੇ ਵਿੱਚ ਵਿਦਿਆਰਥੀ ਸਵਾਰ ਦੱਸੇ ਜਾ ਰਹੇ ਨੇ, ਜਦਕਿ ਸਵਿਫਟ ਕਾਰ ਦੇ ਵਿੱਚ ਕੁਝ ਅਧਿਆਪਕ ਸਵਾਰ ਦੱਸੇ ਜਾ ਰਹੇ ਨੇ। ਹਾਲਾਂਕਿ ਇਹ ਹਾਦਸਾ ਲੁਧਿਆਣਾ ਦੀ ਸਾਊਥ ਸਿਟੀ ਨਹਿਰ ਦੇ ਕਿਨਾਰੇ ਤੇ ਹੋਇਆ। ਗਨੀਮਤ ਰਹੀ ਹੈ ਕਿ ਟੱਕਰ ਤੋਂ ਬਾਅਦ ਜੋ ਅਧਿਆਪਕਾਂ ਦੀ ਸਵਿਫਟ ਕਾਰ ਸੀ ਉਹ ਨਹਿਰ ਦੇ ਵਿੱਚ ਨਹੀਂ ਡਿੱਗੀ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਹ ਕ੍ਰੇਟਾ ਕਾਰ ਸੜਕ ਦੇ ਉੱਤੇ ਚੜ੍ਹਨ ਲੱਗੀ ਤੇ ਪਿੱਛੋਂ ਤੇ ਆ ਰਹੀ ਅਧਿਆਪਕਾਂ ਦੀ ਸਵਿਫਟ ਕਾਰ ਇਸ ਦੇ ਨਾਲ ਟਕਰਾ ਜਾਂਦੀ ਹੈ ਤੇ ਸਵਿਫਟ ਕਾਰ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਉੱਤੇ ਮੁੱਦੀ ਹੋ ਜਾਂਦੀ ਹੈ। ਹਾਲਾਂਕਿ ਨਹਿਰ ਦੇ ਕਿਨਾਰੇ ਰੇਲਿੰਗ ਲੱਗੀ ਹੋਈ ਸੀ, ਰੇਲਿੰਗ ਦੇ ਨਾਲ ਵੀ ਕਈ ਵਾਰ ਟਕਰਾਉਂਦੀ ਹੈ ਤੇ ਸੜਕ ਦੇ ਉੱਤੇ ਹੀ ਪਲਟੀ ਹੋ ਜਾਂਦੀ ਹੈ, ਜਿਸ ਦੇ ਵਿੱਚ ਇੱਕ ਮਹਿਲਾ ਅਧਿਆਪਕ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ, ਜਦਕਿ ਦੋ ਅਧਿਆਪਕ ਇਸ ਦੇ ਵਿੱਚ ਹਲਕੀਆਂ ਉਹਨਾਂ ਦੇ ਸੱਟਾਂ ਲੱਗੀਆਂ ਨੇ। ਹਾਲਾਂਕਿ ਵਿਦਿਆਰਥੀਆਂ ਦੀ ਜੋ ਕ੍ਰੇਟਾ ਕਾਰ ਸੀ ਉਸਦਾ ਟਾਇਰ ਫਟ ਜਾਂਦਾ ਹੈ ਤੇ ਮੌਕੇ ਤੇ ਹੀ ਜੋ ਵਿਦਿਆਰਥੀ ਸੀ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ, ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਕ੍ਰੇਟਾ ਕਾਰ ਸੜਕ ਤੇ ਚੜ੍ਹਨ ਲੱਗਦੀ ਹੈ ਤਾਂ ਪਿੱਛੋਂ ਤੇ ਆ ਰਹੀ ਇੱਕ ਸਵਿਫਟ ਕਾਰ ਇਸ ਦੇ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਇਹ ਸਵਿਫਟ ਕਾਰ ਪਹਿਲਾਂ ਤਾਂ ਇਹ ਕਾਰ ਜੋ ਹੈ ਉਹ ਨਹਿਰ ਦੀ ਰੇਲਿੰਗ ਦੇ ਨਾਲ ਟਕਰਾਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਸੜਕ ਦੇ ਕਿਨਾਰੇ ਮੁੱਦੀ ਹੋ ਜਾਂਦੀ ਹੈ, ਜਿਸ 'ਚ ਇੱਕ ਮਹਿਲਾ ਅਧਿਆਪਕ ਪਿਛਲੀ ਸੀਟ ਤੇ ਬੈਠੀ ਸੀ ਜੋ ਕਿ ਗੰਭੀਰ ਰੂਪ ਨਾਲ ਕਾਫੀ ਜ਼ਖਮੀ ਹੋਈ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨੇ ਭਿਆਨਕ ਤਰੀਕੇ ਦੇ ਨਾਲ ਰਿਹਾ ਹੋਵੇਗਾ, ਕਿਉਂਕਿ ਜੋ ਪਿੱਛੋਂ ਸਵਿਫਟ ਕਾਰ ਅਧਿਆਪਕਾਂ ਦੀ ਆ ਰਹੀ ਸੀ ਉਹ ਕਾਫੀ ਜ਼ਿਆਦਾ ਸਪੀਡ ਤੇ ਸੀ ਅਤੇ ਸੜਕ ਦੇ ਵਿਚਕਾਰ ਜਦੋਂ ਮੁੱਦੀ ਹੋਈ ਤਾਂ ਦੱਸਿਆ ਜਾ ਰਿਹਾ ਕਿ ਕਾਰ ਦੇ ਵਿੱਚ ਅੱਗ ਲੱਗ ਜਾਂਦੀ ਹੈ। ਆਨੰਦ ਫਾਨੰਦ ਦੇ ਵਿੱਚ ਜੋ ਮੌਕੇ ਤੇ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਕਾਰ ਸਵਾਰ ਨੂੰ ਬਾਹਰ ਕੱਢਿਆ ਜਾਂਦਾ ਹੈ। ਉਹਨਾਂ ਦੇ ਸਟਿਚਸ ਲੱਗੇ ਆ, ਬਾਕੀ ਉਹ ਕੋਈ ਸਕੈਨ ਸਕੂਨ ਕਰਕੇ ਦੇਖਣਗੇ ਤਾਂ ਫਿਰ ਪਤਾ ਲੱਗੂਗਾ। ਆਮ ਨੋਟ ਇਹ ਨਾ, ਅਸੀਂ ਤਿੰਨੋਂ ਟੀਚਰ ਹਾਂ ਸਕੂਲ ਦੇ, ਅਸੀਂ ਆ ਰਹੇ ਸੀਗੇ। ਮੈਂ ਨੌ ਆਪਣਾ ਡਰਾਈਵਿੰਗ ਸੀਟ 'ਤੇ, ਮੇਰੇ ਫਰੈਂਡ ਬੈਠਾ ਸੀਗਾ ਜਿਹੜੇ ਚਲਾ ਰਹੇ ਦਲਜੀਤ ਸਿੰਘ, ਮੈਂ ਦੂਸਰੀ ਸਾਈਡ ਸੀਗਾ, ਮੈਡਮ ਪਿੱਛੇ ਬੈਠੇ ਸੀਗੇ। ਹੋਇਆ ਕਿੱਦਾਂ ਸਰ? ਕੁਛ ਨਹੀਂ ਪਤਾ, ਇੱਧਰੋਂ ਗੱਡੀ ਆਈ ਹੈ, ਮੈਨੂੰ ਤਾਂ ਇੰਨਾ ਹੀ ਪਤਾ। ਉਸ ਤੋਂ ਬਾਅਦ ਗੱਡੀ ਟੇਢੀ ਸੀਗੀ, ਅਸੀਂ ਇੱਕ ਦੂਜੇ ਦੇ ਉੱਤੇ ਡਿੱਗੇ ਹੋਏ ਸੀ, ਧੂੰਆਂ ਉੱਠ ਰਿਹਾ ਸੀ, ਲੋਕਾਂ ਨੇ ਆ ਕੇ ਗੱਡੀ ਸਿੱਧੀ ਕੀਤੀ, ਬਸ ਆਹੀ ਪਤਾ ਜੀ। ਉਸ ਤੋਂ ਬਾਅਦ ਨਹੀਂ ਜੀ ਕੁਛ ਨਹੀਂ ਸਮਝ ਲੱਗੀ। ਗੱਡੀ ਸਾਈਡ ਤੋਂ ਆ ਕੇ ਵੱਜੀ ਤੁਹਾਡੇ ਵਿੱਚ? ਬਸ ਮੈਂ ਗੱਡੀ ਮਰਜੀ ਸਾਈਡ ਤੋਂ ਦੇਖੀ ਆ, ਮੈਂ ਤਾਂ ਸੋਚਿਆ ਸੀ ਕੱਟ ਮਾਰ ਕੇ ਲੰਘ ਜੂਗੀ, ਮੈਨੂੰ ਨਹੀਂ ਪਤਾ ਸੀ ਕੀ ਹੋਇਆ, ਬੰਦੇ ਨੂੰ ਪਤਾ ਥੋੜ੍ਹੀ ਹੁੰਦਾ ਜੀ। ਮੇਰੇ ਤਾਂ ਮਾੜੀ ਮੋਟੀ ਖਰੋਚ ਆ, ਉਹ ਮੁੰਡੇ ਦੇ ਹੱਥ 'ਤੇ ਸੱਟ ਲੱਗੀ, ਮੈਡਮ ਦੇ ਸਿਰ 'ਚ ਹੈ, ਉਹ ਕਿੰਨੀ ਹੈ ਉਹ ਤਾਂ ਡਾਕਟਰ ਹੀ ਦੱਸੂਗਾ ਜੀ, ਮੈਨੂੰ ਨਹੀਂ ਪਤਾ ਜੀ। ਇਹ ਐਕਸੀਡੈਂਟ ਇੱਕ ਤਾਂ ਮੇਨ ਜਾ ਰਹੀ ਸੀ ਗੱਡੀ, ਦੂਜੀ ਗੱਡੀ ਸਾਈਡ ਤੋਂ ਆਈ ਆ, ਉਹਨੇ ਗੱਡੀ ਨੇ ਟੱਕਰ ਮਾਰੀ ਅਤੇ ਗੱਡੀ ਪਲਟ ਗਈ। ਕਿਹੜੀ ਗੱਡੀ ਸੀ ਤੁਸੀਂ? ਕ੍ਰੇਟਾ। ਅਤੇ ਪਹਿਲੀ ਕਿਹੜੀ ਗੱਡੀ ਸੀ? ਪਹਿਲੀ ਦਾ ਸਵਿਫਟ। ਅਤੇ ਇਹ ਚਲਾ ਕੌਣ ਰਿਹਾ ਸੀਗਾ? ਇਹਨਾਂ ਨੂੰ ਇਹ ਨਹੀਂ ਪਤਾ ਜੀ। ਲੇਡੀ ਤੁਸੀਂ ਦੱਸਦੇ ਸੀਗੇ? ਨਹੀਂ ਲੇਡੀਜ਼ ਨਹੀਂ ਚਲਾ ਰਹੇ, ਦੋਨੇ ਜੈਂਟਸ ਚਲਾ ਰਹੇ ਸੀ, ਲੇਡੀਜ਼ ਪਿੱਛੇ ਬੈਠੀ ਸੀ। ਅੱਛਾ, ਉਹਦੇ ਸੱਟਾਂ ਲੱਗੀਆਂ? ਉਹਦੇ ਸੱਟ ਲੱਗੀ ਹੈ। ਕਿੰਨੇ ਲੋਕ ਇੰਜਰਡ ਹੋਏ ਜੀ ਇਹਦੇ ਵਿੱਚ? ਕੀ ਇੰਜਰਡ ਹੋਇਆ? ਉਹਨੂੰ ਕਿੱਥੇ ਭੇਜਿਆ? ਕਿੱਥੇ ਲੈ ਕੇ? ਮਾਹਲ ਹੌਸਪੀਟਲ। ਅਤੇ ਹੁਣ ਕਿੱਦਾਂ ਦੀ ਕੰਡੀਸ਼ਨ ਆ ਬਾਕੀ ਜਿਹੜੇ? ਬਾਕੀ ਠੀਕ ਨੇ ਜੀ।